ਜੇ ਕਿਤੇ ਬੀਜੇਪੀ ਦੀ ਸਰਕਾਰ ਚੰਗੀ ਸਿਆਣੀ ਆ, ਮੋਦੀ ਸਰਕਾਰ ਦੇ ਲੀਡਰ ਮੰਤਰੀ ਸਿਆਣੇ ਆ, ਇਸ ਅੰਦੋਲਨ ਨੂੰ ਛੇਤੀ ਸਮੇਟ ਲੈਣ, ਨਹੀਂ ਤਾਂ ਇਹ ਪੰਜਾਬ ਤੋਂ ਹੁੰਦਾ ਆ, ਪੂਰੇ ਹਿੰਦੁਸਤਾਨ 'ਚ ਹੁੰਦਾ ਆ, ਵਰਲਡ ਤਾਈਂ ਪਹੁੰਚ ਗਿਆ, ਇਹ ਸਾਂਭਣਾ ਔਖਾ ਹੋ ਜੂਗਾ। ਮੋਦੀ ਸਰਕਾਰ ਨੂੰ, ਬੀਜੇਪੀ ਵਾਲਿਆਂ ਨੂੰ ਆਪਣੇ ਘਰਾਂ ਤੋਂ ਨਿਕਲਣਾ ਔਖਾ ਹੋ ਜੂਗਾ। ਇਹ ਵੱਟਾਂ ਵੁੱਟਾਂ ਵਾਲੇ ਜਿਹੜੇ ਮਸਲੇ ਬਾਅਦ ਦੇ ਵਿੱਚ ਅਸੀਂ ਆਪੇ ਸੁਲਝਾ ਲਾਂਗੇ, ਫਿਲਹਾਲ ਜਿਹੜਾ ਹੁਣ ਆਹ ਮਸਲਾ ਬਣਿਆ ਸੀ ਇਹ ਸੁਲਝਾਉਣਾ ਪਈ। ਗਿਆ ਮੇਰਾ ਭਰਾ ਵੀ ਗਿਆ ਵਾ, ਸਾਡੇ ਆਂਢ ਗੁਆਂਢ ਵੀ ਗਏ, ਹੁਣ ਅਸੀਂ ਉਹਨਾਂ ਦਾ ਮਗਰੋਂ ਕੰਮ ਵੇਖਣ ਡਏ ਹਾਂ, ਜਿਹੜਾ ਉਹਨਾਂ ਦੇ ਕੋਈ ਦਵਾਈ ਬੂਟੀ ਕਣਕ ਨੂੰ ਪੈਣ ਵਾਲੀ ਆ, ਅਸੀਂ ਖੁਦ ਪਾਉਣ ਡਏ ਹਾਂ। ਇੱਕ ਪਾਸੇ ਜਿੱਥੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਅੰਦੋਲਨ ਵਿੱਚ ਪਹੁੰਚੇ ਹੋਏ ਨੇ, ਉੱਥੇ ਹੀ ਜਦੋਂ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਬੇਸ਼ੱਕ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਹੁਣ ਆਂਢ ਗੁਆਂਢ ਆਪਣੇ ਆਪ ਇੱਕ ਦੂਜੇ ਦੀ ਮਦਦ ਕਰ ਦਿੰਦੇ ਨੇ ਤੇ ਮੋਰਚੇ ਵਿੱਚ ਗਏ ਪਰਿਵਾਰਿਕ ਮੈਂਬਰਾਂ ਨੂੰ ਉਹ ਅਕਸਰ ਇਹੀ ਕਹਿੰਦੇ ਨੇ ਕਿ ਉਹ ਦਿੱਲੀ ਜਿੱਤ ਕੇ ਹੀ ਹੁਣ ਘਰ ਪਰਤਣ। ਉਹਨਾਂ ਕਿਹਾ ਕਿ ਜੋ ਪਿੰਡ ਵਿੱਚ ਪਹਿਲਾਂ ਰਾਜਨੀਤਿਕ ਪਾਰਟੀਆਂ ਦਾ ਬੋਲਬਾਲਾ ਹੁੰਦਾ ਸੀ, ਉਹ ਸਾਰੇ ਹੁਣ ਖਤਮ ਹੋ ਗਏ ਨੇ ਤੇ ਹੁਣ ਪਿੰਡਾਂ ਵਿੱਚ ਸਿਰਫ ਕਿਸਾਨੀ ਮੋਰਚੇ ਦੀਆਂ ਹੀ ਗੱਲਾਂ ਹੁੰਦੀਆਂ ਨੇ। ਉਹਨਾਂ ਕਿਹਾ ਕਿ ਪਹਿਲਾਂ ਪਿੰਡਾਂ ਵਿੱਚ ਜੱਟਾਂ ਦੀ ਵੱਟਾਂ ਤੇ ਰੌਲਾ ਹੁੰਦਾ ਸੀ, ਪਰ ਹੁਣ ਸਾਰੇ ਜੱਟ ਇਕੱਠੇ ਹੋ ਗਏ ਨੇ ਤੇ ਇੱਕ ਦੂਜੇ ਦੀ ਮਦਦ ਕਰਦੇ ਨੇ। ਵੀਰੇ ਗੁਜ਼ਾਰਾ ਬਹੁਤ ਵਧੀਆ ਹੋਣ ਡਿਆ ਵਾ। ਮੇਰਾ ਛੋਟਾ ਭਰਾ, ਤੁਹਾਨੂੰ ਅੱਗੇ ਵੀ ਦੱਸਿਆ ਮੈਂ ਵੀ, ਛੋਟਾ ਭਰਾ ਮੇਰਾ ਦਿੱਲੀ ਗਿਆ ਵਾ 25 ਤਰੀਕ ਦਾ, ਜਿਸ ਦਿਨ ਇੱਥੋਂ ਕਾਫਲਾ ਗਿਆ ਸੀ ਉਸ ਦਿਨ ਦਾ ਹੀ ਦਿੱਲੀ ਗਿਆ ਵਾ, ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਡਈ ਆਪਣੇ ਕੰਮ ਕਾਰ ਦੇ ਵਿੱਚ, ਅਸੀਂ ਕਰਨ ਡਏ ਆਪਣਾ ਵਧੀਆ। ਪਿੰਡਾਂ 'ਚ ਵੱਟਾਂ ਨੂੰ ਲੈ ਕੇ ਬੜਾ ਰੌਲਾ ਹੁੰਦਾ ਸੀ ਤੇ ਹੁਣ ਆਂਢ ਗੁਆਂਢ ਕਿੱਦਾਂ? ਵੀਰ ਜੀ ਵੇਖੋ, ਪਹਿਲਾਂ ਵੱਟਾਂ ਨੂੰ ਲੈ ਕੇ ਰੌਲਾ ਤਾਂ ਹੈਗਾ ਸੀ, ਹੈ ਨਾ ਜੀ। ਅਸਲ ਦੇ ਵਿੱਚ ਜਦੋਂ ਦਾ ਸੰਘਰਸ਼ ਸਾਡਾ ਚਾਲੂ ਹੋਇਆ ਨਾ, ਵੱਟਾਂ ਦੇ ਜਿਹੜੀਆਂ ਵਾ ਲੋਕ ਜਿਹੜੇ ਸਿਆਣੇ ਹੋ ਗਏ ਵੀ ਵੱਟਾਂ 'ਤੇ ਰਹਿਣੀਆਂ ਉੱਥੇ ਹੀ, ਅਤੇ ਫਿਲਹਾਲ ਹੁਣ ਜਿਹੜਾ ਸਾਡੇ ਉੱਤੇ ਜਿਹੜਾ ਮੋਦੀ ਸਰਕਾਰ ਨੇ ਬੋਝ ਪਾਇਆ ਵਾ, ਜਿਹੜੇ 3 ਕਾਲੇ ਕਾਨੂੰਨ ਥੋਪੇ ਆ, ਉਹਨਾਂ ਨੂੰ ਲੈ ਕੇ ਹੁਣ ਸਾਡੇ ਵਿੱਚ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਆ। ਹੁਣ ਅਸੀਂ ਜਿਹੜੇ ਸਾਡੀ ਗਲੀ ਦੇ ਵਿੱਚੋਂ ਵੀ ਗਏ ਆ, ਮੇਰਾ ਭਰਾ ਵੀ ਗਿਆ ਵਾ, ਸਾਡੇ ਆਂਢ ਗੁਆਂਢ ਵੀ ਗਏ, ਹੁਣ ਅਸੀਂ ਉਹਨਾਂ ਦਾ ਮਗਰੋਂ ਕੰਮ ਵੇਖਣ ਡਏ ਹਾਂ, ਜਿਹੜਾ ਉਹਨਾਂ ਦੇ ਕੋਈ ਦਵਾਈ ਬੂਟੀ ਕਣਕ ਨੂੰ ਪੈਣ ਵਾਲੀ ਆ, ਅਸੀਂ ਖੁਦ ਪਾਉਣ ਡਏ ਹਾਂ, ਅਤੇ ਜਿਹੜੀਆਂ ਵੱਟਾਂ ਵਾ ਵੱਟਾਂ ਦੇ ਵੀਰ ਜੀ ਉੱਥੇ ਹੀ ਰਹਿਣੀਆਂ। ਇਹ ਵੱਟਾਂ ਵੁੱਟਾਂ ਵਾਲੇ ਜਿਹੜੇ ਮਸਲੇ ਬਾਅਦ ਦੇ ਵਿੱਚ ਅਸੀਂ ਆਪੇ ਸੁਲਝਾ ਲਾਂਗੇ, ਫਿਲਹਾਲ ਜਿਹੜਾ ਹੁਣ ਆਹ ਮਸਲਾ ਬਣਿਆ ਸੀ ਇਹ ਸੁਲਝਾਉਣਾ ਪਈ। ਵੀਰ ਜੀ ਹੁਣ ਤੇ ਸਾਡੇ ਪਿੰਡ ਦੇ ਵਿੱਚ ਤੇ ਕੋਈ ਧੜੇਬਾਜ਼ੀ ਨਹੀਂ ਹੈਗੀ ਕਿਤੇ, ਹੁਣ ਤੁਸੀਂ ਆਪਣੇ ਕੈਮਰੇ ਦੇ ਨਾਲ ਆਲੇ ਦੁਆਲੇ ਚੈੱਕ ਕਰਕੇ ਵੇਖੋ, ਹਰ ਇੱਕ ਘਰ ਦੇ ਉੱਤੇ ਕਿਸਾਨ ਸੰਘਰਸ਼ ਕਮੇਟੀ ਦਾ ਹੀ ਝੰਡਾ ਲੱਗਾ ਆ, ਕੋਈ ਅਕਾਲੀ ਕਾਂਗਰਸ ਆਪ ਦਾ ਕਿਸੇ ਦਾ ਝੰਡਾ ਨਹੀਂ ਆ, ਸਾਰੇ ਜਿੰਨੇ ਵੀ ਸਾਡੇ ਪਿੰਡ ਦੋ ਪਾਰਟੀਆਂ ਵਾ, ਅਕਾਲੀ ਕਾਂਗਰਸ, ਇਹ ਦੋਵੇਂ ਸਾਡੇ ਸਰਪੰਚ ਜਿਹੜੇ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਜਿਹੜੇ ਇੱਥੋਂ ਸੰਘਰਸ਼ ਦੇ ਵਿੱਚ ਦਿੱਲੀ ਜਾਣ ਡਏ ਆ, ਜਾਂ ਅਸੀਂ ਸਾਨੂੰ 3 ਮਹੀਨੇ ਹੋ ਗਏ ਨਿੱਜਰਪੁਰੇ ਟੂਲ ਪਲਾਜ਼ੇ 'ਤੇ ਬੈਠੇ ਹਾਂ, ਇਹ ਦੋਵੇਂ ਹੀ ਪਾਰਟੀਆਂ ਸਾਡਾ ਬੜਾ ਸਾਥ ਦੇਣ ਡਈਆਂ ਵਾ, ਇਹ ਡੀਜ਼ਲ ਵੀ ਦੇਣ ਡਏ ਆ, ਅਤੇ ਬਾਕੀ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਨਿੱਜਰਪੁਰੇ ਟੂਲ ਪਲਾਜ਼ੇ 'ਤੇ ਉੱਥੇ ਵੀ ਪਹੁੰਚਾਉਣ ਡਏ ਆ। ਮੇਰਾ ਨਾਂ ਦਵਿੰਦਰ ਸਿੰਘ ਹੈ ਜੀ। ਬਿਲਕੁਲ ਵਧੀਆ ਜੀ ਮਾਹੌਲ, ਜਿਹੜਾ ਪਿੰਡਾਂ ਦੇ ਵਿੱਚੋਂ ਟਰਾਲੀਆਂ ਤੋਰੀਆਂ, 25 ਤਰੀਕ ਦੀਆਂ ਟਰਾਲੀਆਂ ਤੋਰੀਆਂ ਵਾ, ਅਤੇ ਦਿੱਲੀ ਦੇ ਵਿੱਚ ਵੀ ਡਟੇ ਆ, ਅਤੇ ਜਿਹੜੇ ਪਿੱਛੇ ਆ ਪਿੱਛੇ ਉਤਸ਼ਾਹ ਲਗਾਤਾਰ ਲੋਕਾਂ ਦੇ ਵਿੱਚ, ਗੁੱਸਾ ਸੈਂਟਰ ਦੇ ਸਰਕਾਰ ਦੇ ਖਿਲਾਫ, ਜਿਉਂ ਜਿਉਂ ਸੈਂਟਰ ਸਰਕਾਰ ਇਹਨਾਂ ਮੀਟਿੰਗਾਂ ਕਰਦਿਆਂ ਕੋਈ ਹੱਲ ਨਹੀਂ ਕੱਢ ਰਹੀ, ਉਨਾ ਹੀ ਗੁੱਸਾ ਜਿਹੜਾ ਵਾ ਪਿੰਡਾਂ ਦੇ ਵਿੱਚ ਵੱਧਦਾ ਹੋਇਆ ਪੂਰੇ ਭਾਰਤ ਦੇ ਵਿੱਚ ਫੈਲਿਆ ਜਾ ਰਿਹਾ। ਜੇ ਕਿਤੇ ਬੀਜੇਪੀ ਦੀ ਸਰਕਾਰ ਚੰਗੀ ਸਿਆਣੀ ਆ, ਮੋਦੀ ਸਰਕਾਰ ਦੇ ਲੀਡਰ ਮੰਤਰੀ ਸਿਆਣੇ ਆ, ਇਸ ਅੰਦੋਲਨ ਨੂੰ ਛੇਤੀ ਸਮੇਟ ਲੈਣ, ਨਹੀਂ ਤਾਂ ਇਹ ਪੰਜਾਬ ਤੋਂ ਹੁੰਦਾ ਆ, ਪੂਰੇ ਹਿੰਦੁਸਤਾਨ 'ਚ ਹੁੰਦਾ ਆ, ਵਰਲਡ ਤਾਈਂ ਪਹੁੰਚ ਗਿਆ, ਇਹ ਸਾਂਭਣਾ ਔਖਾ ਹੋ ਜੂਗਾ। ਮੋਦੀ ਸਰਕਾਰ ਨੂੰ, ਬੀਜੇਪੀ ਵਾਲਿਆਂ ਨੂੰ ਆਪਣੇ ਘਰਾਂ ਤੋਂ ਨਿਕਲਣਾ ਔਖਾ ਹੋ ਜੂਗਾ, ਪਰ ਇਹਨੂੰ ਸਹੀ ਜੇ ਸਮਝਦੇ, ਸਿਆਣੇ ਸਮਝਦੇ, ਤਾਂ ਇਹ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਪਹਿਲੇ ਪਿੰਡਾਂ 'ਚ ਆਉਂਦੇ ਸਾਥੇ ਅਕਾਲੀ ਕਾਂਗਰਸ ਦੀਆਂ ਜਾਂ ਆਮ ਪਾਰਟੀ ਦੀਆਂ ਝੰਡੀਆਂ ਦੇਖਣ ਨੂੰ ਮਿਲਦੀਆਂ ਸੀ, ਅੱਜ ਪਿੰਡਾਂ 'ਚ ਆਈਦਾ ਤੇ ਕਿਸਾਨੀ ਸੰਘਰਸ਼ ਦੀਆਂ ਝੰਡੀਆਂ ਹਰ ਪਾਸੇ ਵੇਖਣ ਨੂੰ ਮਿਲਦੀਆਂ, ਪਿੰਡਾਂ 'ਚ ਕਾਫੀ ਲਾਗਡਾਡ ਹੁੰਦੀ, ਹੁਣ ਕਿਸ ਤਰ੍ਹਾਂ ਦਾ ਪਿੰਡਾਂ 'ਚ? ਵੇਖੋ, ਇਸ ਕਿਸਾਨ ਸੰਘਰਸ਼ ਨੇ ਜਿਹੜਾ ਵਾ ਅਕਾਲੀ ਕਾਂਗਰਸੀ ਜਾਂ ਆਪ ਜਿਹਨੂੰ ਰਗੜ ਕੇ ਰੱਖ ਤੇ ਕਹਿ ਲਓ, ਉਹ ਬਿਲਕੁਲ ਕੋਈ ਹੁਣ ਨਾ ਤਾਂ ਕੋਈ ਲੀਡਰ ਪਿੰਡ ਦੇ ਵਿੱਚ ਇੰਟਰ ਕਰ ਰਿਹਾ, ਅਤੇ ਨਾ ਕੋਈ ਪਿੰਡ ਦੇ ਵਿੱਚ ਅਕਾਲੀ ਕਾਂਗਰਸ ਦੀ ਝੰਡੀ ਆ। ਤੁਸੀਂ ਜਿਸ ਸਾਈਡ 'ਤੇ ਵੇਖੋਗੇ ਕਿਸਾਨਾਂ ਦੇ ਝੰਡੇ ਨਜ਼ਰ ਆਉਣਗੇ ਤੁਹਾਨੂੰ, ਭਾਵੇਂ ਉਹ ਕਾਰਾਂ ਗੱਡੀਆਂ ਹੋਣ, ਭਾਵੇਂ ਉਹ ਘਰਾਂ ਦੇ ਉੱਤੇ ਹੋਣ, ਜਾਂ ਮਤਲਬ ਟਰੈਕਟਰ ਟਰਾਲੀਆਂ 'ਤੇ ਹੋਣ, ਹਰ ਬੰਨੇ ਕਿਸਾਨੀ ਦਾ ਅੰਦੋਲਨ ਜਿਹੜਾ ਸਿਖਰਾਂ 'ਤੇ ਪਹੁੰਚ ਗਿਆ।
ਪਰ ਸੈਂਟਰ ਸਰਕਾਰ ਨੂੰ ਕਿਉਂ ਨਹੀਂ ਦੇਖ ਰਿਹਾ, ਮੋਦੀ ਨੂੰ ਕਿਉਂ ਨਹੀਂ ਦੇਖ ਰਿਹਾ? ਮੋਦੀ ਨੂੰ ਆਪਣੀ ਧੌਣ ਦਾ ਸਰੀਆ ਨੀਵਾਂ ਕਰਨਾ ਪਊਗਾ। ਜੇ ਨਾ ਨੀਵਾਂ ਕੀਤਾ ਤਾਂ ਕਿਸਾਨਾਂ ਨੇ ਮਰੋੜ ਕੇ ਨੀਵਾਂ ਕਰ ਲੈਣਾ। ਜੇ ਸਿਆਣਪ ਵਰਤਦਾ ਤਾਂ ਆਪਣੇ ਆਪ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਬਿੱਲ ਰੱਦ ਕਰਨੇ ਚਾਹੀਦੇ। ਬਹੁਤ ਮੁਸ਼ਕਲ ਚੱਲਦਾ ਪੁੱਤ, ਅਸੀਂ ਬਜ਼ੁਰਗ ਬੰਦੇ ਹਾਂ, ਬਹੁਤ ਔਖੇ ਹੋ ਕੇ ਕਰਦੇ ਹਾਂ, ਪਰ ਬੱਚਿਆਂ ਨੂੰ ਹੌਸਲਾ ਦੇਈਦਾ, ਤੁਸੀਂ ਨਾ ਆਇਓ, ਤੁਸੀਂ ਇੱਥੇ ਰਹੋ ਜਿੰਨਾ ਚਿਰ ਤੁਹਾਨੂੰ ਮੋਦੀ ਨਹੀਂ ਫੈਸਲਾ ਦਿੰਦਾ। ਹਾਂ ਨਹੀਂ, ਬੜਾ ਹੌਸਲਾ ਦੇਈਦਾ, ਅਸੀਂ ਆਪ ਦੁਖੀ ਹੁੰਦੇ ਹਾਂ ਅਤੇ ਇਹਨਾਂ ਨੂੰ ਹੌਸਲਾ ਦੇਈਦਾ, ਅਸੀਂ ਬਹੁਤ ਚੰਗੇ ਹਾਂ ਪਰ ਅਸੀਂ ਬਹੁਤ ਦੁਖੀ ਜੋ। ਅੱਡ ਗੁਆਂਢ ਵੀ ਕਰਾ ਦਿੰਦਾ, ਸਰ ਆਪਣੇ ਆਪ ਹੀ ਆ ਜਾਂਦਾ ਏ ਵੀ ਇਹ ਇਹਨਾਂ ਦੇ ਪਰਿਵਾਰ ਉੱਥੇ ਗਏ ਆ। ਸਾਡਾ ਪਰਿਵਾਰ ਇੱਥੇ ਨਿਜਰਪੁਰੇ ਵੀ ਰਹਿੰਦਾ ਜੋ, ਦਿੱਲੀ ਵੀ ਰਹਿੰਦਾ ਜੋ, ਸਾਡੇ ਪਰਿਵਾਰ ਸਾਰੇ ਜਾੜੇ ਉੱਥੇ ਜਾ ਜਾ ਕੇ ਅਤੇ ਇਹਨਾਂ ਨੇ ਰੱਖੇ ਧਰਨੇ। ਪਹਿਲੇ ਪਿੰਡਾਂ 'ਚ ਕਾਫੀ ਲੜਾਈ ਝਗੜੇ ਹੁੰਦੇ ਸੀ ਪਾਰਟੀਆਂ ਨੂੰ ਲੈ ਕੇ, ਹੁਣ ਕਿਸਾਨੀ ਸੰਘਰਸ਼ 'ਚ ਸਾਰੇ ਇਕੱਠੇ? ਨਹੀਂ, ਹੁਣ ਤਾਂ ਬਿਲਕੁਲ ਇਕੱਠ ਆ, ਹੁਣ ਤਾਂ ਜਿਹੜੀਆਂ ਅਕਾਲੀ ਦਲ ਸੀ ਉਹਨਾਂ ਨੂੰ ਵੀ ਕੋਈ ਨਹੀਂ ਰਹਿ ਗਈ ਪਰਵਾਹ, ਉਹ ਵੀ ਸਾਰੇ ਸਾਡੇ ਨਾਲ ਆ। ਪਹਿਲੇ ਵੱਟਾਂ ਨੂੰ ਲੈ ਕੇ ਬੜੀ ਲੜਾਈ ਹੁੰਦੀ ਸੀ ਪਾਣੀ ਲਾਉਣ ਨੂੰ ਲੈ ਕੇ, ਹੁਣ ਕੀ ਮਾਹੌਲ ਹੈਗਾ? ਹੁਣ ਤਾਂ ਵੱਟਾਂ ਦੀ ਲੜਾਈ ਨਹੀਂ ਰਹਿ ਗਈ, ਮੈਂ ਤਾਂ ਗਈ ਕਹਿਣ ਡਈ ਹਾਂ ਵੀ ਹੁਣ ਤਾਂ ਦਵਾਈਆਂ ਪਾ ਦਿੰਦੇ, ਵੱਟਾਂ ਨੂੰ ਹੱਥ ਹੀ ਨਹੀਂ ਲੋੜ ਪੈਂਦੀ ਲਾਉਣ ਦੀ। ਹੈਂ, ਉਹ ਬਿਲਕੁਲ ਸਹੀ ਆ। ਰੰਗਲਾ ਟੀਵੀ ਲਈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ।